ਹੋਇਆ ਕਵੀ ਆਪਣੇ ਸਾਹੋ ਤੋਂ, ਉਹਨਾਂ ਦੇ ਆਪਣੇ ਮੁਸਲਮਾਨ ਕਵੀ ਸੀ ਉਹ ਵੰਡ ਤੋਂ ਬਾਅਦ 1974 ਤੋਂ ਬਾਅਦ ਪਾਕਿਸਤਾਨ ਚਲਿਆ ਗਿਆ ਸੀਗਾ। ਉਹਨੇ ਪੰਜਾਬੀ ਬਾਰੇ ਬਹੁਤ, ਦਸਾਂ ਗੁਰੂਆਂ ਸਾਹਿਬਾਂ ਬਾਰੇ ਬਹੁਤ ਕੁਛ ਲਿਖਿਆ, ਅਤੇ ਖਾਸ ਕਰਕੇ ਪੰਜਾਬੀ ਬਾਰੇ ਬਹੁਤ ਵਧੀਆ ਯੋਗਦਾਨ ਉਹਨੇ ਪਾਇਆ। ਅਤੇ ਹੀ ਵਾਜ਼ ਓਵਰਸੀਅਰ ਇਨ ਇਰੀਗੇਸ਼ਨ ਡਿਪਾਰਟਮੈਂਟ, ਇਸੇ ਕਰਕੇ ਉਹਦਾ ਨਾਂ ਉਹ ਓਵਰਸੀਅਰ ਵਿੱਚ ਆਇਆ। ਅਤੇ ਨਾਲ ਦੇ ਜਿਹੜੇ ਦੋ ਤਿੰਨ ਨਾਮ ਆਏ ਆ ਉਹਨਾਂ ਦਾ ਇੱਥੇ ਸਾਹੋ ਦੇ ਵਿੱਚ ਉਹਨਾਂ ਦੇ ਸੰਗੀ ਸਾਥੀ ਸੀ, ਉਹਨਾਂ ਦੇ ਆਪਦੇ ਨਾਂ ਉਹ ਵਿੱਚ ਹਰੇਕ ਕਵਿਤਾ ਦੇ ਵਿੱਚ ਪਾਉਂਦਾ ਸੀ। ਸੋ 72 ਕਲਾ ਛੰਦ ਵੀ ਉਹਨਾਂ ਦੀ ਕਾਰਡ ਸੀ ਨਵੀਂ, ਉਹਦੇ ਬਾਰੇ ਦੱਸੋ। 72 ਹਾਂ, 72 ਕਲਾ ਛੰਦ, ਹਾਂ ਦੱਸੋ। ਉਹ ਜ਼ਿਆਦਾ ਤਾਂ ਮੈਨੂੰ ਉਹਦਾ ਪਤਾ ਨਹੀਂ, ਪਰ ਉਹ ਜਿਹੜੀ ਪੰਜਾਬੀ ਕਵਿਤਾ ਦੇ ਵਿੱਚ 72 ਕਲਾ ਛੰਦ ਉਹਨਾਂ ਦੀ ਖੋਜ ਸੀਗੀ, ਉਹ ਨਵੀਂ ਚੀਜ਼ ਆਈ ਸੀ ਜਿਹੜਾ ਲੰਬਾ। ਇਸ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।